ਜਿੱਦਾਂ ਕਿੱਦਾਂ ਮੇਰੇ ਵੀਰੋ ਅਤੇ ਭੈਣੋ ਆ ਜੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗਲੈਂਡ ਹੈਂਡ ਦੇ ਵਿੱਚੋਂ ਜਦੋਂ ਏਅਰ ਲੀਕ ਕਰੇ ਅਸੀਂ ਉਹਨੂੰ ਕਿੱਦਾਂ ਸੈੱਟ ਕਰ ਸਕਦੇ ਹਾਂ। ਇਹਦੇ ਵਾਸਤੇ ਆਪਾਂ ਨੂੰ ਕੁਛ ਨਹੀਂ ਚਾਹੀਦਾ, ਸਿਰਫ ਅਤੇ ਸਿਰਫ ਇੱਕ ਪੇਚਕਸ। ਜੇ ਤੁਹਾਡੇ ਕੋਲ ਉਹ ਵੀ ਨਹੀਂ ਹੈਗਾ, ਤੁਸੀਂ ਆਪਣੇ ਟਰੱਕ ਦੀ ਕੀ ਜਾਂ ਕੋਈ ਵੀ ਹੋਰ ਲੰਮੀ ਰੋਡ ਵਰਗੀ ਚੀਜ਼ ਲੈ ਕੇ ਵਰਤ ਸਕਦੇ ਹੋ। ਸੋ ਤੁਸੀਂ ਦੇਖ ਸਕਦੇ ਹੋ ਜਿੱਦਾਂ ਕਿ ਇਹ ਵਾਲੀ ਗਲੈਂਡ ਹੈਂਡ ਦੀ ਰਬੜ ਜਿਵੇਂ ਕੱਟੀ ਹੋਈ ਆ, ਸੋ ਇੱਥੋਂ ਏਅਰ ਲੀਕ ਹੋਣ ਦੇ ਚਾਂਸਿਸ ਬਹੁਤ ਨੇ। ਇੱਦਾਂ ਹੀ ਟਰੱਕ ਦੇ ਗਲੈਂਡ ਹੈਂਡ ਦੀ ਰਬੜ ਵੀ ਹੋ ਸਕਦੀ ਆ ਜਿਹੜੀ ਕਿ ਖਰਾਬ ਹੋਈ ਹੋਵੇ। ਇਹਦੇ ਵਾਸਤੇ ਸਿਰਫ ਤੁਹਾਨੂੰ ਇੱਕ ਰਬੜ ਚਾਹੀਦੀ ਹੋਊਗੀ। ਜੇ ਤੁਹਾਡੇ ਕੋਲ ਕਈ ਵਾਰੀ ਨਹੀਂ ਵੀ ਅਵੇਲੇਬਲ ਤਾਂ ਇਹ ਹਰੇਕ ਟਰੱਕ ਸਟੋਪ ਤੋਂ ਮਿਲ ਸਕਦੀ ਆ। ਤੁਸੀਂ ਐਵੇਂ ਦੀਆਂ ਰਬੜਾਂ ਦੋ ਚਾਰ ਲੈ ਕੇ ਟਰੱਕ ਦੇ ਵਿੱਚ ਵੀ ਰੱਖ ਸਕਦੇ ਹੋ। ਸੋ ਹੁਣ ਆਪਾਂ ਜਦੋਂ ਕਿਤੇ ਇੱਥੋਂ ਗਲੈਂਡ ਹੈਂਡ ਤੋਂ ਏਅਰ ਲੀਕ ਕਰੇ, ਸੋ ਆਪਾਂ ਇਹਨੂੰ ਕੱਢ ਕੇ ਅਤੇ ਬਦਲ ਦੇਣਾ। ਸੋ ਕੱਢਣ ਵਾਸਤੇ ਚਾਬੀ ਜਾਂ ਪੇਚਕਸ ਜਾਂ ਕੁਛ ਵੀ ਤੁਹਾਡੇ ਕੋਲ ਹੈਗਾ ਉਹਨੂੰ ਅੰਦਰ ਪਾਓ ਅਤੇ ਇਹਨੂੰ ਬਾਹਰ ਨੂੰ ਪੁੱਲ ਕਰੋ। ਜਦੋਂ ਤੁਸੀਂ ਬਾਹਰ ਨੂੰ ਪੁੱਲ ਕਰੋਗੇ ਇਹ ਆਪਣੇ ਆਪ ਬਾਹਰ ਆ ਜਾਏਗੀ। ਸੋ ਇੱਦਾਂ ਤੁਹਾਡੇ ਕੋਲ ਨਵੀਂ ਰਬੜ ਹੋਏਗੀ। ਇਹਦਾ ਜਿਹੜਾ ਸੋਲਿਡ ਵਾਲਾ ਹਿੱਸਾ ਇਹ ਤੁਸੀਂ ਅੰਦਰ ਨੂੰ ਕਰਨਾ, ਅੰਦਰ ਨੂੰ ਕਰਕੇ ਇਹਨੂੰ ਤੁਸੀਂ ਸਾਰੇ ਬੰਨਿਆਂ ਤੋਂ ਦੱਬ ਦੇਣਾ। ਦੇਖੋ ਹੁਣ ਮੈਂ ਇਹਨੂੰ ਸਾਰੇ ਬੰਨਿਆਂ ਤੋਂ ਦੱਬ ਰਿਹਾ, ਤਾਂ ਦੱਬ ਕੇ ਇਹਦੇ ਵਿੱਚ ਤੁਸੀਂ ਆਪਣੀ ਉਂਗਲ ਪਾ ਕੇ ਘੁਮਾ ਕੇ ਦੇਖਣਾ। ਜਿੰਨੀ ਦੇਰ ਇਹ ਘੁੰਮੇਗੀ ਨਹੀਂ ਉਨੀ ਦੇਰ ਇਹਦਾ ਮਤਲਬ ਇਹ ਸਹੀ ਤਰ੍ਹਾਂ ਆਪਣੀ ਪੋਜੀਸ਼ਨ 'ਤੇ ਬੈਠੀ ਨਹੀਂ ਆ। ਸੋ ਇਹਨੂੰ ਦੁਬਾਰਾ ਆਲੇ ਦੁਆਲਿਓਂ ਦੱਬਿਆ, ਇਹਨੂੰ ਘੁਮਾਇਆ। ਸੋ ਇਹ ਹੁਣ ਗਲੈਂਡ ਹੈਂਡ ਦੀ ਰਬੜ ਤੁਸੀਂ ਐਵੇਂ ਚੇਂਜ ਕਰ ਸਕਦੇ ਹੋ। ਸੋ ਇਹ ਤੁਹਾਡੇ ਟਰੱਕ ਦੀ ਵੀ ਹੋ ਸਕਦੀ ਆ, ਤੁਹਾਡੇ ਟ੍ਰੇਲਰ ਦੀ ਵੀ ਹੋ ਸਕਦੀ ਆ। ਕਈ ਵਾਰੀ ਕੀ ਹੁੰਦਾ ਕਿ ਅਸੀਂ ਕਿਸੇ ਐਵੇਂ ਦੀ ਜਗ੍ਹਾ 'ਤੇ ਫਸੇ ਹੁੰਦੇ ਹਾਂ ਜਿੱਥੇ ਸਾਡੇ ਕੋਲ ਰਬੜ ਨਹੀਂ ਹੈਗੀ। ਸੋ ਉਹਦੇ ਵਾਸਤੇ ਇੱਕ ਮੜੀ ਜਿਹੀ ਟ੍ਰਿਕ ਦੱਸ ਦਿੰਦਾ ਕਿ ਤੁਸੀਂ ਬਲੂ ਲੈਨ ਦੀ ਰਬੜ ਇੱਧਰ ਕਰ ਦਿਓ। ਉਹਦੇ ਨਾਲ ਕੀ ਹੋਏਗਾ ਕਿ ਲਗਾਤਾਰ ਏਅਰ ਨਹੀਂ ਡਰੋਪ ਹੋਊਗੀ, ਸਿਰਫ ਉਦੋਂ ਹੀ ਏਅਰ ਡਰੋਪ ਹੋਊ ਜਦੋਂ ਤੁਸੀਂ ਬ੍ਰੇਕ ਲਗਾਓਗੇ, ਕਿਉਂਕਿ ਲਗਾਤਾਰ ਏਅਰ ਆ ਜਿਹੜੀ ਬ੍ਰੇਕਾਂ ਖੋਲ੍ਹਣ ਵਾਸਤੇ ਟਾਇਰਾਂ ਤੱਕ ਜਾਂਦੀ ਆ, ਉਹ ਆਪਣੀ ਰੈੱਡ ਲਾਈਨ ਤੋਂ ਜਾਂਦੀ ਆ। ਓਕੇ, ਸਾਰੇ ਵੀਰਾਂ ਨੂੰ ਅਤੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ।